ਪੁੰਛ ਵਿਧਾਨ ਸਭਾ ਲੇਕਚੀਬੀ ਅਜਵੜਲੇ 7 ਵਜੇ ਸ਼ੁਰੂ ਹੋਏ ਦਾ ਵੋਟ ਪਾਣੇ ਦਾ ਕੰਮ ਰਵੰਦਾਈ ਕਰਨੇ ਜਾ ਰਹੀ ਹੈ ਵੋਟ ਪਾਣੇ ਲਈ ਇਸ ਸਾਲ ਕੇ ਚੁਕਲ 483 ਕੇਂਦਰ ਬਣਾਏ ਗਏ ਹਨ ਪੁਰਾਣੇ ਪੁੰਛ ਦੇ ਹਾਈ ਸਕੂਲ ਚ ਬਣਾਏ ਗਏ ਕੇਂਦਰ ਉਪਰ ਸਭ ਨੇ ਥਮਾ ਪਹਿਲਾ ਵੋਟ ਪਾਣੇ ਵਾਲੇ ਰਾਜੇਸ਼ ਸ਼ਰਮਾ ਬੜੇ ਖੁਸ਼ ਹੈ ਤੇ ਉਹਨੇ ਲੋਕਾਂ ਕੀ ਅਪੀਲ ਕੀਤੀ ਜੋ ਲੋਕਵਾਦ ਦੇ ਇਸ ਉਤਸਵ ਚ ਬਦੀ ਝੜੀ ਹੈ ਸਾਲਾਂ ਇਆਂ ਗਏ ਪਹਿਲੀ ਬਾਰੀ ਵੋਟ ਪਾਣੇ ਵਾਲੀ ਦੀਪਿਕਾ ਸ਼ਰਮਾ ਨੇ ਮਦਦਾਨ ਲਈ ਕੀਤੇ ਗਏ ਦੇ ਪ੍ਰਬੰਧ ਉਪਰ ਸੰਦੋਖ ਪ੍ਰਗਟ ਕੀਤਾ और बड़ा यहाँ अच्छा सिस्टम है एडमिनिस्ट्रेशन का लोग अपने आराम से अपनी मर्जी से वोट डाल रहे हैं हम जो आज यहाँ वोट डाल रहे हैं यह अपने इलाके की तरक्की के लिए डाल रहे हैं वो तो है मैंने फर्स्ट टाइम वोट दिया है असेंबली इलेक्शंस में और जो फर्स्ट टाइम वोट देने का जो मेरा एक्सपीरियंस है वो बहुत ही अच्छा रहा है